ਸਤਿ ਸ਼੍ਰੀ ਅਕਾਲ ਜੀ, ਮੈਂ ਈਸ਼ਾ ਸ਼ਰਮਾ। ਅੱਜ 13 ਅਪ੍ਰੈਲ ਹੈ ਤੇ ਹਾਜ਼ਰ ਹਾਂ 13 ਅਪ੍ਰੈਲ ਦਾ ਇਤਿਹਾਸ ਲੈ ਕੇ। ਅੱਜ ਦੇ ਦਿਨ ਸਰਦਾਰ ਊਧਮ ਸਿੰਘ ਨੇ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲਿਆ ਸੀ। ਬ੍ਰਿਟਿਸ਼ ਅਫਸਰ ਡਾਇਰ ਨੂੰ ਲੰਡਨ ਵਿੱਚ ਜਾ ਕੇ ਮਾਰਿਆ ਸੀ। ਅੱਜ ਦੇ ਦਿਨ ਭਾਵ 13 ਅਪ੍ਰੈਲ ਸੰਨ 1919 ਵਿੱਚ ਪੰਜਾਬ ਦੇ ਅੰਮ੍ਰਿਤਸਰ ਵਿੱਚ ਜਲਿਆਂਵਾਲੇ ਬਾਗ ਵਿੱਚ ਭਿਆਨਕ ਕਤਲ ਕਾਂਡ ਵਾਪਰਿਆ ਸੀ, ਜਿੱਥੇ ਬਰਤਾਨਵੀ ਸਰਕਾਰ ਨੇ ਨਿਹੱਥੇ ਹਿੰਦੁਸਤਾਨੀਆਂ ਉੱਤੇ ਗੋਲੀਆਂ ਚਲਾਈਆਂ ਅਤੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਕਾਂਡ ਦਾ ਗੁੱਸਾ ਸਰਦਾਰ ਊਧਮ ਸਿੰਘ ਦੇ ਮਨ ਵਿੱਚ, ਜਿਸ ਦਾ ਬਦਲਾ ਸੰਨ 1931 ਵਿੱਚ ਸਰਦਾਰ ਊਧਮ ਸਿੰਘ ਨੇ ਲੰਡਨ ਵਿੱਚ ਪੰਜਾਬ ਦੇ ਗਵਰਨਰ ਜਨਰਲ ਰਹੇ ਅੰਗਰੇਜ਼ ਅਫਸਰ ਮਾਈਕਲ ਆਡਵਾਇਰ ਨੂੰ ਗੋਲੀ ਮਾਰ ਕੇ ਲਿਆ। ਜਲਿਆਂਵਾਲਾ ਬਾਗ ਦਾ ਸਾਕਾ 13 ਅਪ੍ਰੈਲ ਸੰਨ 1919 ਨੂੰ ਅੰਮ੍ਰਿਤਸਰ ਪੰਜਾਬ ਦੇ ਵਿੱਚ ਵਾਪਰਿਆ ਸੀ। ਵਿਸਾਖੀ ਵਾਲੇ ਦਿਨ ਬ੍ਰਿਗੇਡੀਅਰ ਜਨਰਲ ਆਰਟੀਐਚ ਡਾਇਰ ਦੇ ਹੁਕਮਾਂ ਤੇ ਬਰਤਾਨਵੀ ਫੌਜ ਦੀ ਟੁਕੜੀ ਨੇ ਰੌਲਟ ਐਕਟ ਵਿਰੁੱਧ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਅੰਨੇਵਾਹ ਗੋਲੀਆਂ ਚਲਾਈਆਂ ਸਨ। ਇਸ ਕਤਲਿਆਂ ਵਿੱਚ 1000 ਤੋਂ ਵੱਧ ਨਿਹੱਥੇ ਔਰਤਾਂ, ਮਰਦ ਅਤੇ ਬੱਚੇ ਮਾਰੇ ਗਏ ਸਨ। 1200 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਹਨ। ਆਪਣੀ ਜਾਨ ਬਚਾਉਣ ਲਈ ਸੈਂਕੜੇ ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਨੇ ਉੱਥੇ ਬਣੇ ਖੂਹ ਵਿੱਚ ਛਾਲ ਮਾਰ ਦਿੱਤੀ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਜਨਰਲ ਡਾਇਰ ਨੇ ਪੰਜਾਬ ਦੇ ਤਤਕਾਲੀ ਗਵਰਨਰ ਜਨਰਲ ਮਾਈਕਲ ਆਡਵਾਇਰ ਦੇ ਹੁਕਮਾਂ ਤੇ ਇਹ ਭਿਆਨਕ ਗੋਲੀਬਾਰੀ ਕੀਤੀ ਸੀ। ਇਸ ਸਾਕੇ ਤੋਂ 21 ਸਾਲ ਬਾਅਦ 13 ਮਾਰਚ ਸੰਨ 1940 ਨੂੰ ਸਰਦਾਰ ਊਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਵਿੱਚ ਜਾ ਕੇ ਮਾਈਕਲ ਆਡਵਾਇਰ ਨੂੰ ਗੋਲੀ ਮਾਰ ਦਿੱਤੀ ਸੀ। ਉਸ ਸਮੇਂ ਉਹ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੋਸਾਇਟੀ ਦੀ ਮੀਟਿੰਗ ਵਿੱਚ ਭਾਸ਼ਣ ਦੇਣ ਤੋਂ ਬਾਅਦ ਆਪਣੀ ਸੀਟ ਸੰਭਾਲਣ ਜਾ ਰਹੇ ਸਨ। ਕੁਝ ਹੀ ਮਿੰਟਾਂ ਵਿੱਚ ਡਾਇਰ ਦੀ ਮੌਤ ਹੋ ਗਈ। ਊਧਮ ਸਿੰਘ ਨੇ ਡਾਇਰ ਨੂੰ ਗੋਲੀ ਮਾਰਨ ਲਈ ਕਿਤਾਬ ਵਿੱਚ ਛੁਪਾਇਆ ਰਿਵਾਲਵਰ ਲਿਆ ਸੀ। ਘਟਨਾ ਤੋਂ ਬਾਅਦ ਊਧਮ ਸਿੰਘ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ ਗਿਆ। ਊਧਮ ਸਿੰਘ ਨੂੰ 31 ਜੁਲਾਈ ਸੰਨ 1940 ਨੂੰ ਫਾਂਸੀ ਦਿੱਤੀ ਗਈ। ਊਧਮ ਨੇ ਜਲਿਆਂਵਾਲਾ ਬਾਗ ਦਾ ਬਦਲਾ ਲੈਣ ਦੀ ਸੌਂ ਚੁੱਕੀ ਸੀ। ਜਲਿਆਂਵਾਲਾ ਬਾਗ ਦੇ ਸਾਕੇ ਸਮੇਂ ਊਧਮ ਸਿੰਘ ਵੀ ਉੱਥੇ ਮੌਜੂਦ ਸੀ। ਇਸ ਵਹਿਸ਼ੀਆਨਾ ਕਤਲੇਆਮ ਨੇ ਊਧਮ ਦੇ ਮਨ ਵਿੱਚ ਅੰਗਰੇਜ਼ ਸਰਕਾਰ ਵਿਰੁੱਧ ਗੁੱਸਾ ਭਰ ਦਿੱਤਾ ਅਤੇ ਉਹ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਆਜ਼ਾਦੀ ਸੰਗਰਾਮ ਵਿੱਚ ਸ਼ਾਮਿਲ ਹੋ ਗਏ। ਊਧਮ ਸਿੰਘ ਨੇ ਇਸ ਘਟਨਾ ਲਈ ਜ਼ਿੰਮੇਵਾਰ ਜਨਰਲ ਡਾਇਰ ਅਤੇ ਪੰਜਾਬ ਦੇ ਗਵਰਨਰ ਮਾਈਕਲ ਆਡਵਾਇਰ ਨੂੰ ਸਬਕ ਸਿਖਾਉਣਾ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾ ਲਿਆ। ਜਨਰਲ ਡਾਇਰ ਦੀ ਜੁਲਾਈ ਸੰਨ 1927 ਵਿੱਚ ਬ੍ਰੇਨ ਹੈਮਰੇਜ ਕਾਰਨ ਮੌਤ ਹੋ ਗਈ। ਹੁਣ ਊਧਮ ਸਿੰਘ ਦਾ ਨਿਸ਼ਾਨਾ ਮਾਈਕਲ ਆਡਵਾਇਰ ਸੀ। ਊਧਮ ਸਿੰਘ ਡਾਇਰ ਨੂੰ ਮਾਰਨ ਲਈ 6 ਸਾਲ ਲੰਡਨ ਵਿੱਚ ਰਿਹਾ। ਅਖੀਰ 13 ਮਾਰਚ ਸੰਨ 1940 ਨੂੰ ਉਹਨਾਂ ਨੂੰ ਉਹ ਮੌਕਾ ਮਿਲਿਆ। ਸੋ ਇਹ ਸੀ ਅੱਜ ਦਾ 13 ਅਪ੍ਰੈਲ ਦਾ ਇਤਿਹਾਸ। ਪੇਸ਼ਕਸ਼ ਦਰਸ਼ਨ ਸਿੰਘ ਦਰਸ਼ਨ।